ਘਰ ਦੇ ਵਿੱਚ ਬਰਸਾਤ ਦੇ ਮੌਸਮ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਬਰਸਾਤ ਦੇ ਮੌਸਮ ਦੇ ਦੌਰਾਨ ਬਰਸਾਤੀ ਘਾਟੇ ਵਿੱਚ ਭਾਰੀ ਮੀਂਹ ਦੇ ਪਾਣੀ ਨੇ ਕਾਠਗੜ੍ਹ ਥਾਣੇ, ਸੈਲਰ ਫੈਕਟਰੀ ਅਤੇ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਕਾਠਗੜ੍ਹ ਤੋਂ ਰਤੇਵਾਲ ਤੱਕ ਸੜਕ ਬਰਸਾਤੀ ਖੱਡ ਨੂੰ ਜੋੜਦੀ ਹੈ। ਹਿਮਾਚਲ ਪ੍ਰਦੇਸ਼ ਅਤੇ ਕਾਠਗੜ੍ਹ ਅਤੇ ਬਲਾਚੌਰ ਦੇ ਵਿੱਚ ਭਾਰੀ ਮੀਂਹ ਦੇ ਕਰਕੇ ਬਰਸਾਤੀ ਨਾਲਿਆਂ ਦੇ ਵਿੱਚ ਜ਼ਿਆਦਾ ਪਾਣੀ ਭਰ ਗਿਆ ਹੈ। ਇਸੇ ਦੇ ਕਰਕੇ ਸੜਕ ਬੰਦ ਹੋ ਗਈ ਹੈ ਅਤੇ ਬਰਸਾਤੀ ਨਾਲਿਆਂ ਦੇ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਰਕੇ ਲੋਕਾਂ ਨੂੰ ਇਸ ਤਰ੍ਹਾਂ ਦੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਠਗੜ੍ਹ ਪੁਲ ਜਿਹੜਾ ਹੈ, ਕਾਠਗੜ੍ਹ ਪੁਲਿਸ ਸਟੇਸ਼ਨ ਦੇ ਆਸ ਪਾਸ ਕਈ ਘਰਾਂ ਦੇ ਵਿੱਚ ਬਰਸਾਤ ਦਾ ਪਾਣੀ ਖੜਾ ਹੋ ਚੁੱਕਿਆ। ਇਹ ਜਿਹੜਾ ਪਾਣੀ ਹੈ, ਕਿਵੇਂ ਆਇਆ ਪਾਣੀ? ਹੈ ਪਾਣੀ ਬੋਰੇ ਪੁਲੀ ਬਲੌਕ ਹੋ ਗਈ ਹੈ ਜੀ, ਉਹਦੇ ਕਰਕੇ ਆਇਆ ਜੀ। ਤੇ ਇਹ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ? ਹੁਣ 4-5 ਲੱਖ ਦਾ ਜੀ। ਤੇ ਹੁਣ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ? ਅਸੀਂ ਤਾਂ ਕਹਿੰਦੇ ਪੁਲੀ ਬਣਾਉਣੀ ਚਾਹੀਦੀ ਹੈ ਜੀ, ਹੁਣ ਨੀਵੀਂ ਕਰਦੇ ਜਾਏ, ਮੋਰੇ ਨੂੰ ਪਾਣੀ ਦਾ ਨਿਕਾਸ ਹੋ ਜਾਵੇ ਜੀ। ਤੇ ਇਹ ਅੱਗੇ ਵੀ ਕਦੀ ਆਇਆ ਪਾਣੀ ਕਿ ਪਹਿਲੀ ਵਾਰੀ? 2 ਵਾਰੀ ਆ ਗਿਆ ਜੀ। ਫਿਰ ਤਾਂ ਕਾਫੀ ਨੁਕਸਾਨ ਹੋਇਆ ਤੁਹਾਡਾ? ਹਾਂ ਜੀ ਜੀ, ਇੱਧਰ ਮੋਰੇ ਪੁਲੀ ਬਲੌਕ ਹੋ ਗਏ ਜੀ, ਥਾਣੇ ਦੇ ਕੋਲ ਪੁਲੀ ਬਲੌਕ ਹੋ ਗਏ। ਸਵੇਰੇ ਕੋਈ 4:30-5 ਵਜੇ ਪਾਣੀ ਆ ਰਿਹਾ। ਇਹ ਕਿੰਨਾ ਕੁ ਪਾਣੀ ਤੁਹਾਡੇ ਸ਼ੈਲਰ 'ਚ ਵੜਿਆ ਜੀ? ਪਾਣੀ 2.5 ਫੁੱਟ ਵੜ ਗਿਆ ਜੀ। ਅਤੇ ਨੁਕਸਾਨ ਕਿੰਨਾ ਕੁ ਤੁਹਾਡਾ? ਨੁਕਸਾਨ ਮੇਰੇ ਕਿਹਾ ਜੀ 4-5 ਲੱਖ ਦਾ ਹੋ ਗਿਆ। ਅਤੇ ਕੀ ਮੰਗ ਕਰਦੇ ਸਰਕਾਰ ਤੋਂ ਤੁਸੀਂ? ਸਰਕਾਰ ਦੇ ਮੰਗ ਕਰਦੇ ਜੀ ਪੁਲੀ ਤੋੜ ਕੇ ਪਾਣੀ ਮੁੱਢੋਂ ਨਿਕਾਸੀ ਕਰੀ। ਇਹ ਪਾਣੀ ਇਹ ਪਹਿਲੀ ਵਾਰੀ ਆਇਆ ਕਿ ਅੱਗੇ ਵੀ ਕਦੀ ਆਇਆ? 2 ਵਾਰੀ ਆ ਲਿਆ ਜੀ। ਅਤੇ ਕੋਈ ਪ੍ਰਸ਼ਾਸਨ ਨੇ ਕੋਈ ਇਹਦੀ ਮਦਦ ਕੀਤੀ ਕੋ ਤੁਹਾਡੀ, ਜਾਂ ਪਿਛਲੇ ਸਾਲ ਜਦੋਂ ਹੋਇਆ? ਕੁਛ ਨਹੀਂ ਹੋਇਆ ਜੀ, ਲਾਈ ਹੋਈ ਹੈ। ਪ੍ਰਸ਼ਾਸਨ ਵੱਲੋਂ ਪਹਿਲਾਂ ਪੂਰਾ ਕਰਨਾ ਚਾਹੀਦਾ ਜੀ। ਦੇਖੋ ਮਾਮਲਾਤ ਬਾਰਿਸ਼ਾਂ ਦੇ ਚੱਲ ਰਹੇ ਨੇ, ਮੌਸਮ ਅਤੇ ਪੂਰਾ ਨਿਕਾਸੀ ਹੋਣੀ ਚਾਹੀਦੀ ਪਾਣੀ ਦੀ, ਪ੍ਰਬੰਧ ਹੋਣਾ ਚਾਹੀਦਾ, ਪ੍ਰੋਪਰ ਸੈਨੀਟੇਸ਼ਨ ਹੋਣਾ ਚਾਹੀਦਾ ਕਿ ਪਾਣੀ ਕਿੱਧਰ ਨੂੰ ਨਿਕਲਣਾ ਚਾਹੀਦਾ ਵਾ। ਅਤੇ ਉਸ ਕਰਕੇ ਦੇਖੋ ਗੱਡੀ ਫਸ ਗਈ ਹੈ ਵਿੱਚ। ਇਹ ਕਦੋਂ ਦੀ ਤੁਹਾਡੀ ਗੱਡੀ ਫਸੀ ਹੈ ਜੀ? ਹੋ ਗਿਆ 1/2 ਘੰਟਾ ਹੋ ਗਿਆ। ਅਤੇ ਤੁਸੀਂ ਇਹਦਾ ਤੁਸੀਂ ਕਿਤੇ ਜ਼ਰੂਰੀ ਜਾਣਾ ਸੀ ਕੰਮ? ਬਿਲਕੁਲ ਬਿਲਕੁਲ, ਡਿਊਟੀ 'ਤੇ ਜਾਣਾ ਸੀ ਜੀ ਆਪਾਂ। ਅਤੇ ਹੁਣ ਕੀ ਮੰਗ ਕਰਦੇ ਸਰਕਾਰ ਤੋਂ ਤੁਸੀਂ? ਮੈਂ ਸਰਕਾਰ ਤੋਂ ਮੰਗ ਕਰਦਾ ਕਿ ਪ੍ਰੋਪਰ ਨਿਕਾਸੀ ਕੀਤੀ ਜਾਵੇ ਪਾਣੀ ਦੀ, ਤਾਂ ਕਿ ਇੱਥੇ ਰੇਤਾ ਨਾ ਫਸੇ, ਰੇਤਾ ਨਾ ਆਏ, ਤਾਂ ਕਿ ਕੋਈ ਹੋਰ ਪਰੇਸ਼ਾਨ ਨਾ ਹੋ ਸਕੇ ਖੱਜਲ ਖੁਆਰੀ।